तिरंगा वाली। हेलो, वाहेगुरु जी का खालसा वाहेगुरु जी की फतेह। वीर दविंदर सिंह जी बोल रहे जी। हाँ जी, वीर दविंदर बोल रहे। हाँ जी भाई साहब, गुरमीत सिंह बोलदा जी, मैं चानिया पिंड तो। अपने भाई अमृतपाल सिंह दिबड़ूगढ़ जेल दे विच बूटा सिंह दी पोस्ट पाई, अपना बाट साहब ने गिरफ्तार, अपना हैगा नी आ रजाना अमृतसर जेल दे विच आ। हां जी, मैं वो डिलीट कीती पर उस सिंह दा नंबर नहीं मिलिया सानू, ओहदे नंबर परिवार दा चाहिदा। नहीं डिलीट नहीं, डिलीट दा तां पता नहीं, ओहो स्क्रीनशॉट पए होए आ कईआं आईडियां तों, मैं तां तुहानू फोन कीता वी आ, जानी कि गलत जानकारी कर रहे आ। ऐ ना जिहड़े अमृतपाल दे असल दुश्मन नहीं गे। हां जी, जिहड़े अमृतपाल दे तट्टड़ वैरी नहीं आ, तट्टड़ वैरी। अच्छा जी, ਉਹ ਲੋਕਾਂ ਦਾ ਇੱਕ ਪ੍ਰੋਪੇਗੰਡਾ ਵਾ ਕਿ ਵੀਰ ਦਵਿੰਦਰ ਕਿਤੇ ਪੰਜਾਬੀਆਂ ਨੂੰ ਇਕੱਠਿਆਂ ਕਰਕੇ ਤੇ ਮੰਗ ਨਾ ਰੱਖ ਦੇਵੇ ਸਰਕਾਰ ਅੱਗੇ, ਤੇ ਸਾਡੇ ਸਿੰਘ ਜਿਹੜੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਓ। ਨਹੀਂ ਉਦੋਂ ਤਾਂ ਅੰਮ੍ਰਿਤਪਾਲ ਸਿੰਘ ਦਾ ਤੁਸੀਂ ਵਿਰੋਧ ਕਰਦੇ ਸੀਗੇ ਜਦੋਂ ਉਹ ਬਾਹਰ ਸੀਗਾ। ਬਿਲਕੁਲ, ਹੁਣ ਵੀ ਕਰਦੇ ਆ, ਅਸੂਲਾਂ ਨਾਲ ਕੋਈ ਸਿਧਾਂਤਾਂ ਨਾਲ ਸਮਝੌਤਾ ਨਹੀਂ। ਪਰ ਜਿੱਥੇ ਉਹਨੇ ਦੋ ਬੱਚੇ ਬਚਾਏ ਆ ਨਾ, ਸ਼ਹੀਦ ਊਧਮ ਸਿੰਘ ਨਗਰ ਵਾਲਾ, ਆਪਣਾ ਕੋਟ ਹਰਨਾਮ ਦਾਸ ਵਾਲਾ, ਉਹ ਤਾਂ ਮੈਂ ਅੰਮ੍ਰਿਤਪਾਲ ਦੇ ਹੱਥ ਚ ਬੋਲਣ ਡਿਆ 3.5 ਮਹੀਨੇ ਤੋਂ। ਨਹੀਂ ਦੇਖੋ, ਅੰਮ੍ਰਿਤਪਾਲ ਤੇ 18 ਮਾਰਚ ਨੂੰ ਪੁਲਿਸ ਕਰਦੀ ਆ ਅਟੈਕ, ਜਦੋਂ ਅੰਮ੍ਰਿਤਪਾਲ ਦੇ ਸਾਰੇ ਹੀ ਸਾਥੀ ਚੰਗੇ ਭਲੇ ਜਿਹੜੇ ਕਹਿੰਦੇ ਕਿ ਅਸੀਂ ਤਾਂ ਇਹਦੇ ਬਿਨਾਂ ਸਾਹ ਨਹੀਂ ਲੈ ਸਕਦੇ। ਆਪਾਂ ਪੋਸਟਾਂ ਲਾਈਏ ਵੀ ਪੋਸਟ ਦੀ, ਫਿਰ ਤੁਸੀਂ ਇਹ ਪਾਈ ਆ ਦੁਬਾਰਾ ਪੋਸਟ ਵੀ ਇਹ ਮੇਰੇ ਕੋਲ ਗਲਤ ਜਾਣੀ ਕਿ ਜਾਣਕਾਰੀ ਫੈਲਾ ਹੋ ਗਈ। ਅਣਜਾਣ ਸਾਹਿਬ, ਜਾਣਕਾਰੀ ਕਾਹਦੀ ਜਦੋਂ ਪੋਸਟ ਡਿਲੀਟ ਕਰਤੀ, ਜਦੋਂ ਕੋਈ ਚੋਰਿਆਂ ਨੇ ਨਹੀਂ, ਉਹ ਦੇਖੋ ਹੁਣ ਤੁਹਾਡੀ ਪੋਸਟ ਵਾਇਰਲ ਹੋ ਰਹੀ ਆ ਵੀ ਇਹ ਬੰਦਾ ਜਾਣੀ ਕਿ ਗਲਤ ਜਾਣੀ ਕਿ ਜਾਣਕਾਰੀ ਦੇ ਰਿਹਾ ਆ। ਬੜੀ ਵਧੀਆ ਗੱਲ ਆ ਭਾਜੀ, ਨਹੀਂ ਵਧੀਆ ਗੱਲ ਨਹੀਂ ਹੁੰਦੀ ਵਧੀਆ, ਆਪਾਂ ਪਬਲਿਕ ਨੂੰ ਗਲਤ ਗਾਈਡ ਨਾ ਕਰੀਏ। ਫੈਲਾ ਕੌਣ ਰਿਹਾ ਵਾ? ਫੈਲਾ ਕੋਈ ਵੀ ਰਿਹਾ ਹੋਵੇ, ਜਿਹੜਾ ਫੈਲਾ ਰਿਹਾ ਨਾ ਉਹਨੂੰ ਪੁੱਛੋ ਕਿ ਤੈਨੂੰ ਤਕਲੀਫ ਕੀ ਆ ਜੇ ਵੀਰ ਦਵਿੰਦਰ ਨੇ ਡਿਲੀਟ ਕਰਤੀ ਆ। ਨਹੀਂ ਦੇਖੋ, ਤਕਲੀਫ ਦੀ ਗੱਲ ਨਹੀਂ ਹੁੰਦੀ, ਆਪਾਂ ਗਲਤ ਜਾਣੀ ਕਿ ਗਾਈਡ ਨਹੀਂ ਨਾ ਕਰ ਸਕਦੇ ਕਿਸੇ ਨੂੰ। ਜਾਂ ਤੇ ਤੁਸੀਂ ਚਲੋ ਪੋਸਟ ਡਿਲੀਟ ਕਰਤੀ ਠੀਕ ਆ, ਤੁਸੀਂ ਜਾਂ ਤੇ ਆਪਣੇ ਦੂਸਰੀ ਪੋਸਟ ਦੇ ਵਿੱਚ ਲਿਖਦੇ ਬਈ ਆਹ ਮੇਰੇ ਕੋਲ ਜਾਣਕਾਰੀ ਗਲਤ ਗਾਈਡ ਹੋ ਗਈ ਸੀ ਤਾਂ ਇਹ ਮੈਂ ਡਿਲੀਟ ਕਰਦਾ ਆ, ਬਈ ਇਹਦੇ ਤੇ ਗਾਂਹ ਕਾਰਵਾਈ ਕੋਈ ਗੌਰ ਨਾ ਕਰੇ, ਠੀਕ ਹੈ ਜੀ। ਤੇ ਮੈਂ ਤਾਂ ਬਾਈ ਜੀ ਪੱਤਰਕਾਰ ਨੂੰ ਚਾਹੀਦਾ ਸੀ ਨੰਬਰ ਪਰਿਵਾਰ ਦਾ। ਨਹੀਂ ਫਿਰ ਨੰਬਰ ਨਾ ਤੁਸੀਂ ਲਿਖ ਦਿੰਦੇ, ਨਹੀਂ ਉਦਾਂ ਫਿਰ ਤੁਸੀਂ ਲਿਖ ਦਿੰਦੇ ਹੈ ਨਾ ਵੀ ਇਹ ਸਿੰਘ ਦਾ ਨੰਬਰ ਚਾਹੀਦਾ ਆ, ਤੇ ਉਹ ਅੰਮ੍ਰਿਤਪਾਲ ਸਿੰਘ ਹੋਣਾ ਦਾ ਨਾਂ ਵਿੱਚ ਲਿਖਣ ਦੀ ਤਾਂ ਕੋਈ ਲੋੜ ਹੀ ਨਹੀਂ ਸੀ। ਹੁਣ ਮੈਨੂੰ ਕਿਸੇ ਦਾ ਨੰਬਰ ਚਾਹੀਦਾ ਹੁੰਦਾ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਦਵਿੰਦਰ ਸਿੰਘ ਜੀ, ਹੁਣ ਮੈਨੂੰ ਕਿਸੇ ਦਾ ਨੰਬਰ ਚਾਹੀਦਾ, ਮੈਨੂੰ ਨਾਂ ਨਹੀਂ ਪਤਾ, ਮੈਂ ਉਸ ਜਾਣੀ ਕਿ ਬੰਦੇ ਦੀ ਫੋਟੋ ਪਾ ਕੇ ਕਹਿ ਦਿੰਦਾ ਵੀ ਇਸ ਸੱਜਣ ਦਾ ਨੰਬਰ ਮੇਰੇ ਕਿਸੇ ਵੀਰ ਸੱਜਣ ਕੋਲ ਹੈ ਤਾਂ ਦਿਓ, ਠੀਕ ਹੈ ਜੀ। ਤੇ ਹੁਣ ਤੁਸੀਂ ਉੱਥੇ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕੀਤਾ ਆ ਤੇ ਡਿਬੜੂਗੜ੍ਹ ਜੇਲ੍ਹ ਦਾ ਕੀਤਾ ਆ, ਇਹ ਤਾਂ ਕੋਈ ਟੋਪੀ ਨਹੀਂ ਬਣਦੀ, ਇਹ ਤਾਂ ਟੋਪੀ ਨਹੀਂ ਬਣਦੀ ਨਹੀਂ ਬਣਦੀ। ਫਿਰ ਤੁਸੀਂ ਇੱਦਾਂ ਕਿਉਂ, ਜੇ ਤੁਹਾਨੂੰ ਪੱਤਰਕਾਰ ਨੇ ਕਿਹਾ ਤੇ ਉਹ ਪੱਤਰਕਾਰ ਨੂੰ ਵੀ ਚਾਹੀਦਾ ਸੀਗਾ ਕਿ ਪੱਤਰਕਾਰ ਨੇ ਇਹ ਤੁਹਾਨੂੰ ਲਿਖ ਕੇ ਦਿੱਤਾ ਇਹ ਇੱਦਾਂ ਵੀ ਡਿਬੜੂਗੜ੍ਹ ਜੇਲ੍ਹ ਦਾ ਲਿਖੋ? ਪੱਤਰਕਾਰ ਨੇ ਮੈਨੂੰ ਫੋਟੋ ਭੇਜੀ ਆ, ਨਹੀਂ ਅੰਮ੍ਰਿਤਪਾਲ ਹੁਣਾਂ ਦਾ ਸਾਥੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਤੇ ਉਹਦਾ ਘਰ ਪਰਿਵਾਰ ਅੰਮ੍ਰਿਤਸਰ ਸੁਲਤਾਨਵਿੰਡ ਦਾ ਵਾ। ਹੁਣ ਇਹ ਦੇਖੋ, ਤੁਸੀਂ ਇਹ ਪੋਸਟ ਸ਼ੇਅਰ ਕੀਤੀ, ਤੁਸੀਂ ਇਹ ਪੋਸਟ ਪਾਈ, ਉਹ ਹੋ ਸਕਦਾ ਮੇਰੀ ਪਾਈ ਤੁਸੀਂ, ਹੁਣ ਹੋ ਸਕਦਾ ਉਹ ਜਾਣੀ ਕਿ ਕੋਈ ਬੰਦਾ ਮਿਸਗਾਈਡ ਕਰਕੇ ਤਾਂ ਇਹਨਾਂ ਦੇ ਨਾਂ ਦੇ ਪੈਸੇ ਮੰਗਾਉਂਦਾ ਹੋਵੇ, ਭਾਵੇਂ ਉਹ ਸਿੰਘ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆ ਭਾਵੇਂ ਡਿਬੜੂਗੜ੍ਹ ਆ, ਪਰ ਉਹ ਹੋ ਸਕਦਾ ਵੀ ਉਹ ਬੰਦਾ ਪੈਸੇ ਮੰਗਾਉਂਦਾ ਹੋਵੇ। ਕੌਣ? ਜਿਹੜਾ ਵੀ ਬੰਦਾ ਹੈਗਾ ਇਸ ਪੋਸਟ ਦੇ ਪਿੱਛੇ ਜਿਹਨੇ ਤੁਹਾਡੇ ਤੋਂ ਪਵਾਈ ਆ ਜਾਂ ਨਹੀਂ ਪਵਾਈ, ਜਿਹੜੀ ਪੋਸਟ ਪਵਾਈ ਆ ਜਾਂ ਨਹੀਂ ਪਵਾਈ,
अमृतपाल अमृतपाल सिंह के संघर्ष असी साथ क्यों देंगे असी सीधा अमृतपाल सिंह नूं सपोर्ट करांगे तुहाडा किहड़ा संघर्ष है जी तुसीं तां उहदे विरोध दे विच सीगे कोई प्रोग्राम लिखिया होवे किसी लोगों नूं इकट्ठे करके कोई संघर्ष का ऐलान किया हो पहला एक मिनट जदों जेल चल गया तो हुण तुसीं संघर्ष बिढी बैठे आ जदों उस फील्ड विच सी तां उदों तुसीं उहदी विरोधता करी गए जदों नाल खड़न वाले खुदरे बन गए तां मैनूं खड़ना पिया जान दिया करो महाराज तुसी इस गल नूं जदों लोकां ने कहता ना भी हुण असीं मारे जावांगे हुण असीं नहीं बोलदे फिर मैनूं उठना पिया ए तुसी रहण दियो तुसी हां जी मैं ताड़ी मारन वाले दे विच नहीं आ मेरी गल सुणो वीर दविंदर सिंह सारयां नूं पता तुसी किन्ने क जुड़दे आ ते किन्ने क जाने कि आपां बहादुरी दे कम्म कीते होए आ सारयां नूं पता जी बीबी ने गल पई मेरे वीडियो सारिया हुई करिए दोहरे पक्ष नहीं रखी दे हुंदे दोहरे करतार नहीं लभाई दे हुंदे ना खाओ छित्तर जे डर लगता ना तुरो नाल नहीं तू कहना भी संघर्ष दे विच साथ होवे एक जनानी असी क्यों असी दोहरे करतार वालियां दे क्यों दईए साथ तुहाडा की पता कल नूं तुसीं की कर देना पोस्टा पा के गुमराह नहीं किया सब तो वड्डी गल की करता मैं की गुमराह किया मैं बंदा अमृतसर जेल दे विच आ ठीक है जी तो तुसी कही जाने अमृतपाल दे नाल डिब्रूगढ़ दे विच आ ए की आ ए गुमराह नहीं है होर की आ जदों लोकां ने विरोध किया जदों लोकां ने विरोध किया तां पोस्ट डिलीट कर दित्ती ਉਹ ਪੋਸਟ ਕਿਸੇ ਦੇ ਵਿਰੋਧ ਤੇ ਨਹੀਂ ਡਿਲੀਟ ਕੀਤੀ ਭਰਾ ਮੇਰਾ ਅਮਰੀਕਾ ਤੋਂ ਫੋਨ ਕੀਤਾ ਇੱਕ ਵੀਰ ਨੇ ਉਹ ਜੋ ਵੀ ਕੀਤਾ ਤੁਹਾਡਾ ਫਰਜ਼ ਨਹੀਂ ਬਣਿਆ ਨਹੀਂ ਤੁਹਾਡਾ ਫਰਜ਼ ਨਹੀਂ ਬਣਦਾ ਵੀ ਪਹਿਲਾਂ ਅਸੀਂ ਕਲੀਅਰ ਕਰ ਲਈਏ ਗਰਮੀਤ ਸਿੰਘ ਅੱਜ ਬੜਾ ਕਰੋਧ ਆਇਆ ਵਾ ਤੈਨੂੰ ਕੱਲ ਕਰੋਧ ਨਹੀਂ ਮੈਨੂੰ ਆਇਆ ਨਾ ਫੋਨ ਕੀਤਾ ਕਰੋਧ ਨਹੀਂ ਆਇਆ ਮੈਂ ਕਹਿੰਦਾ ਵੀ ਕਿਸੇ ਨੂੰ ਮਿਸਗਾਈਡ ਨਾ ਕਰੋ ਕਰੋਧ ਨਹੀਂ ਮੈਨੂੰ ਆਇਆ ਭਾਈ ਇਹ ਜਿਹੜਾ ਜਨਾਨੀ ਵਾਲਾ ਨਾ ਵਾਕਿਆ ਤੁਹਾਨੂੰ ਪਤਾ ਕੀ ਪਤਾ ਸੀ ਉਹਨੂੰ ਹੋਇਆ ਕੀ ਸੀ ਮੈਨੂੰ ਗੱਲ ਦਾ ਪਤਾ ਨਾ ਹੋਵੇ ਮੈਨੂੰ ਉਦੋਂ ਕੁਛ ਚਵਲਾਂ ਦੇ ਆਖੇ ਲੱਗ ਕੇ ਚਵਲਾਂ ਦਾ ਨੀ ਮੈਨੂੰ ਪਤਾ ਤੇ ਆਪਾਂ ਵੀ ਜਾਣੀ ਕਿ ਨਾ ਚਵਲਾਂ ਨਾ ਮਾਰਿਆ ਕਰੀਏ ਸੋਸ਼ਲ ਮੀਡੀਆ ਤੇ ਦੱਸ ਦਿਓ ਪਹਿਲਾਂ ਤੁਸੀਂ ਬੰਦੇ ਦਾ ਵਿਰੋਧ ਕਰ ਦਿੱਤੀ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੇ ਨਾਰੇ ਮਾਰ ਸਕਦਾ ਨਾ ਕੋਈ ਜਨਾਨੀ ਕੋਈ ਅੱਤ ਨਹੀਂ ਸੀ ਉਹਦਾ ਖਸਮ ਸਾਹਮਣੇ ਖੜਾ ਸੀ 250 ਦੀਪ ਸਿੱਧੂ ਨੇ ਤਾਂ ਸਿੱਧਾ ਪੱਤਰਕਾਰ ਦੇ ਸਾਹਮਣੇ ਕਹਿਤਾ ਸੀ ਵੀ ਲਓ ਖਾਲਿਸਤਾਨ ਦਾ ਨਾਰਾ ਮੈਂ ਲਾਉਣਾ 250 ਬੰਦੇ ਦੀ ਕਿਹੜੀ ਉਹ ਤਾਂ ਆਲ ਪਬਲ ਜਾਣੀ ਕਿ ਆਲ ਵਰਲਡ ਦੇ ਵਿੱਚ ਉਸ ਯੋਧੇ ਨੇ ਕਿਹਾ ਆ ਜਾਓ ਫਿਰ ਆਪਾਂ ਵੀ ਤੁਸੀਂ ਵੀ ਮੇਰੇ ਨਾਲ ਬਹਿ ਜਾਓ ਆਪਾਂ ਦੋਨੇ ਨਹੀਂ ਤੁਹਾਡੇ ਵਰਗਾ ਨਾ ਬਹਿੰਦਾ ਹੁੰਦਾ ਦੋਹਰੇ ਕਿਰਦਾਰ ਵਾਲੇ ਬੰਦਿਆਂ ਨਾਲ ਮੈਂ ਨਹੀਂ ਬਹਿੰਦਾ ਹੁੰਦਾ ਅਸੀਂ ਬੈਠਾਂਗੇ ਮਰਦਾਂ ਦੇ ਨਾਲ ਬੈਠਾਂਗੇ ਡਰਨਾ ਛੱਡ ਦਿਓ ਅਸੀਂ ਗੱਦਾਰਾਂ ਤੋਂ ਡਰਦੇ ਹਾਂ ਗੱਦਾਰਾਂ ਤੋਂ ਡਰਦੇ ਹਾਂ ਮਰਦਾਂ ਦੀਆਂ ਗੱਲਾਂ ਨਾ ਕਰੋ ਜਿਹੜੇ ਟੌਟੀਆਂ ਕਰਦੇ ਅੰਮ੍ਰਿਤਪਾਲ ਦੀਆਂ ਮੈਂ ਮਰਦਾਂ ਦੀ ਗੱਲ ਨਾ ਕਰੋ ਅਸੀਂ ਮਰਦ ਆ ਤੇ ਮਰਦਾਂ ਨਾਲ ਬੈਠਾਂਗੇ ਅਸੀਂ ਦੋਹਰੇ ਕਿਰਦਾਰ ਵਾਲੇ ਬੰਦਿਆਂ ਨਾਲ ਨਹੀਂ ਬੈਠਣਾ ਚਾਹੁੰਦੇ ਜੇ ਕੱਲ ਨੂੰ ਉੱਥੇ ਜਾ ਕੇ ਵੀ ਸਾਨੂੰ ਫੇਰ ਸ਼ਰਮਿੰਦਗੀ ਝੱਲਣੀ ਪਵੇ ਅੱਜ ਤਾਂ ਤੁਹਾਡੀ ਕੋਈ ਪੋਸਟ ਨਹੀਂ ਦਿਖਦੀ ਫੇਸਬੁੱਕ ਦੇ ਉੱਤੇ ਮਰਦਾਂ ਵਾਲੀ ਗੱਲ ਕਰਦੇ ਜੇ ਤੇ ਸਵੇਰ ਨੂੰ ਇੱਕ ਲਾਈਵ ਕਰੋ ਮੈਨੂੰ ਇੱਦਾਂ ਸੋਸ਼ਲ ਮੀਡੀਆ ਤੇ ਨਹੀਂ ਖੇਡਣਾ ਆਉਂਦਾ ਭਾਈ ਨਾ ਖੇਡ ਗਰਾਊਂਡ ਤੇ ਆ ਜਾ ਆਪਾਂ ਜਦੋਂ ਗਰਾਊਂਡ ਤੇ ਆਉਣ ਦਾ ਟਾਈਮ ਹੋਇਆ ਆਵਾਂਗੇ ਤਾਂ ਸਾਰੀ ਸ਼ਾਂਤੀ ਕਰਾਂਗੇ ਉਹ ਟਾਈਮ ਕਦੋਂ ਆਊਗਾ
आऊगा कदों आऊगा चलो जो आ गया मेनू दस दी मेरा तेन दसन की सानू की जरूरत आ ते फिर मैं तो पुछना क्या तो डिया तो पुछना तुसी मिस गाइड कर दिया लोगों नू जे पब्लिक नू मिस गाइड कर दे तुसी गुमराह कर दिया तुसी जे पोस्ट डिलीट हो गई आ नहीं डिलीट हो गई तो तुसी ओदा स्पष्टीकरण दित्ता भी आ मेरे को गलती ना पै गई ही तो मैं ओदे जानी के खिमा जाजना करदा आ भी संगत ओदे नाल ना ध्यान करे जो मेरी पोस्ट फट के कुछ चवला ने पाती फेसबुक से चवला ने तो बाद कपड़े लग पे नहीं जे चवला ने पाई जे चवला ने पाई है तो पवाई भी किसे चवल नहीं आवे किसे चवल नहीं पवाई होएगी पक्की गल है हां बिल्कुल पक्की गल है हां वो जड़ी पवाई है ना किसे चवल नहीं पवाई है आपा तो पाती नहीं मैं तेरी पोस्ट की गल करदा समझ तू गया है मैं किधर इशारा करदा ठीक है ओ मैं तेरे सुभा नु जानदा अगर मीठा जान दे रिकॉर्डिंग भेज दिना तेन ठीक है रिकॉर्डिंग रख तू अपने को मालक जेड़ा बड़ा बेअंत आ मेरा मालक कोई चंडीगढ़ आला चवल नहीं है पत्रकार हां जिदी जुत्ती हेठ तुसी चलदे ओ मेरा मालक नहीं है मेरा मालक ओ आ जिदे सारे संसार दे सिर ते हाथ धरी बैठा अपना तो मालक बाबा नानक आ तेरा मालक केड़ा तू दस दे भरा नहीं मेरे मालक दी तो मैं गल ही कर दी है भी मेरा मालक वो जेड़ा सारे संसार दे सिर ते हाथ रखी बैठा ते तेरा मालक चंडीगढ़ पत्रकार बैठा आ तेरा मालक वो आ जिने तेनू फोन करन लई बंगारिया मैनू किसे ने नहीं बंगारिया जदों मर्जी मेरा फोन चेक कर लई ठीक है कर लिया आहो ਹੁਣ ਜਿੱਦਣ ਗਰਾਊਂਡ ਚ ਉਤਰਨਾ ਹੋਊਗਾ ਨਾ ਅਮਰਪਾਲ ਦੇ ਹੱਕ ਚ ਤੇ ਮੈਨੂੰ ਦੱਸ ਦਿਓ ਮੈਨੂੰ ਦੱਸਣ ਦੀ ਲੋੜ ਨਹੀਂ ਤੈਨੂੰ ਦੱਸਣ ਦੀ ਲੋੜ ਨਹੀਂ ਅਸੀਂ ਬਗੈਰਤ ਬੰਦਿਆਂ ਨੂੰ ਨਹੀਂ ਦੱਸੀਦਾ ਅਸੀਂ ਗੈਰਤ ਬੰਦਾਂ ਨਾਲ ਤੁਰੀਦਾ ਆ ਠੀਕ ਆ ਤੇ ਆ ਰਿਕਾਰਡਿੰਗ ਤੂੰ ਅੱਧੀ ਕੀਤੀ ਆ ਮੈਂ ਤੈਨੂੰ ਪੂਰੀ ਭੇਜਦਾ ਪੂਰੀ ਭੇਜਦਾ ਸ਼ਾਇਦ ਤੇਰੀਆਂ ਗੱਲਾਂ ਕੁਝ ਮਿਸ ਹੋ ਗਈਆਂ ਹੋਣ